ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਤਾੜੀ ਵਾਰਾ ਕਥਾ ਕਵੀਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇ ਸੁਮਾਰ ਅਥਾਹ ਅਗੰਤ ਅਤੂਲੇ ਜੋ ਬੁਲਾਵੋ ਤਿਉ ਨਾਨਕ ਦਾਸ ਬੁਲੇ ਪਦ ਪਾਵਨ ਭਗਤ ਵਛਲ ਕਿਰਪਾ ਨਿਧਾਨ ਦਸਾਂ ਪਾਤਸ਼ਾਹਾਂ ਦੀ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਵਾਇਮਾਨ ਜੁਗੋ ਜੁਗ ਅਟਲ ਕਾਲਿਯੁਕ ਦੇ ਬੋਹਿਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੇਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੱਡ ਜੋ ਦਾ ਬਹੁਤ ਪਰਉਪਕਾਰੀ ਐਸੇ ਸਤਿਗੁਰੂ ਤਿਨਾਂ ਤੋਂ ਬਰੋ ਸੋਏ ਹੋਏ ਮਹਾਨ ਗੁਰੂ ਕੇ ਸਿੱਖ ਬਹਾਦਰ ਬ੍ਰਹਮ ਗਿਆਨੀ ਬਾਬਾ ਵਿਧੀ ਚੰਦ ਸਾਹਿਬ ਜੀ ਤਿਨਾਂ ਮਹਾਪੁਰਸ਼ਾਂ ਦੀ ਅਣਸ ਬੰਸ ਸਾਜਖੰਡ ਵਾਸੀ ਸੇਵਾ ਸਿਮਰਨ ਦੇ ਪੁੰਜ ਨਿਮਰਤਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਪਵਿੱਤਰ ਯਾਦ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਪੰਥ ਦੇ ਮਹਾਨ ਢਾਡੀ ਗਿਆਨੀ ਫੌਜਾ ਸਿੰਘ ਜੀ ਸਾਗਰ ਜਿਹੜੇ ਕਿ ਸਤਿਗੁਰੂ ਜੀ ਦੀ ਬੜੀ ਜਿਨ੍ਹਾਂ ਉੱਪਰ અપਾਰ ਕਿਰਪਾ ਹੈ ਬਖਸ਼ਿਸ਼ ਹੈ ਸੱਚ ਦਾ ਪ੍ਰਚਾਰ ਕਰਦੇ ਨੇ ਤਿਨਾਂ ਪਾਸੋਂ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਆਪ ਸ਼ਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਜਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬ੍ਰਹਮ ਗਿਆਨੀ ਦੀਆਂ 21 ਕੁਲਾਂ ਦਾ ਉਧਾਰ ਮੰਨਿਆ ਹੈ ਕਿ ਜਿਹੜਾ ਭਗਤ ਹੈ ਪਰਮੇਸ਼ਰ ਦਾ ਬ੍ਰਹਮ ਗਿਆਨੀ ਹੈ ਉਹ ਦੀਆਂ 21 ਕੁਲਾਂ ਤਰਦੀਆਂ ਨੇ ਗੁਰਬਾਣੀ ਦਾ ਪਾਵਨ ਪਵਿੱਤਰੇ ਬਚਨ ਹੈ ਭਗਤ ਜਨਾ ਕੇ 21 ਕੁਲ ਉਧਾਰੇ ਪਰ ਨਾਲ-ਨਾਲ ਇਹ ਵੀ ਸੱਚੇ ਪਾਤਸ਼ਾਹ ਨੇ ਆਖਿਆ ਹੈ ਵੀ ਤਰਦੀਆਂ ਉਹ ਨੇ ਜਿਹੜੀਆਂ ਹੁਕਮ ਮੰਨਣ ਕਿਉਂਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਇਹਦੇ ਨਾਲ ਜਿਹੜਾ ਨਾਤਾ ਹੈ ਉਹ ਭਗਤੀ ਦਾ ਹੈ ਜੇ ਤੇ ਉਹ ਕੋਈ ਸਾਡੇ ਵਰਗਾ ਸਰੀਰ ਹੋਵੇ ਫੇਰ ਤਾਂ ਉਹਦਾ ਅਸੀਂ ਸਬੰਧ ਮੰਨ ਸਕਦੇ ਆ ਤਾਂ ਵਾਹਿਗੁਰੂ ਪਰਮੇਸ਼ਰ ਬਾਰੇ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਅੰਦਰ ਕਿ ਜਿਨ ਪ੍ਰੇਮ ਕਿਓ ਤਿਨਹੀ ਪ੍ਰਾਪਾਇਓ ਜਿੰਨੇ ਵੀ ਉਸ ਪਰਮੇਸ਼ਰ ਦੀ ਭਗਤੀ ਕੀਤੀ ਉਸ ਨੂੰ ਉਸ ਦੀ ਪ੍ਰਾਪਤੀ ਹੋਈ ਉਹ ਭਾਵੇਂ ਕੋਈ ਵੀ ਹੋਵੇ ਦਨਿਆਵੀ ਨਾਤਾ ਉਥੇ ਚੱਲਦਾ ਨਹੀਂ ਮਹਾਰਾ ਜੀ ਕਹਿੰਦੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਦੱਸਦੇ ਨੇ ਕਿ ਗੋਬਿੰਦ ਪਾਓ ਭਗਤ ਕਾ ਭੁਖਾ ਪਾਓ ਭਗਤ ਦਾ ਭੁਖਾ ਪਰਮੇਸ਼ਰ ਵਾਹਿਗੁਰੂ ਜੀ ਭਗਤੀ ਦੇ ਭੁਖੇ ਹਨ ਭਗਤੀ ਕਰਕੇ ਪ੍ਰਾਪਤ ਹੁੰਦੇ ਹਨ ਦਾਸ ਨੇ ਇੱਕ ਘਟਨਾ ਸੁਣੀ ਬੜੀ ਸੁੰਦਰ ਕਿ ਕੋਈ ਟਵਾਇਫ ਹਜ਼ਰਤ ਰੂਮੀ ਸਾਹਿਬ ਜਦੋਂ ਕਥਾ ਕਰਦੇ ਤੇ ਬੜੀ ਦੁਨੀਆ ਉਹਨਾਂ ਨੂੰ ਸੁਣਨ ਜਾਂਦੀ ਮੌਲਾਨਾ ਰੂਮੀ ਸਾਹਿਬ ਦਾ ਲੈਕਚਰ ਸੁਣਨ ਵਾਸਤੇ ਬੜਾ ਇਕੱਠ ਹੁੰਦਾ ਮਸਜਿਦ ਦੇ ਵਿੱਚ ਤਿਲ ਸੁੱਟਣ ਦਾ ਥਾਂ ਨਹੀਂ ਰਹਿ ਜਾਂਦਾ ਔਰ ਜਿਹੜੇ ਸੁਣਦੇ ਉਹ ਦੇਸ਼ ਕਾਲ ਵਸਤੂ ਭੁੱਲ ਜਾਂਦੇ ਇਹ ਇੱਕ ਤਵਾਇਫ ਆਪ ਜਾਣਦੇ ਹੋ ਵੀ ਤਵਾਇਫ ਆਪਾਂ ਕਿਹਨੂੰ ਕਹਿੰਦੇ ਆ ਉਹਦੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਵੀ ਰੂਮੀ ਸਾਹਿਬ ਬੜੀ ਮਿੱਠੀ ਕਥਾ ਕਰਦੇ ਨੇ ਤੇ ਲੋਕਾਂ ਤੋਂ ਬੜੀ ਹਸਤਤ ਸੁੜੀ ਮੈਂ ਵੀ ਕਥਾ ਸੁਣਾ ਤਾਂ ਉਹਨੇ ਮਰਦਾਂ ਵਾਲਾ ਭੇਸ ਬਣਾ ਕੇ ਮਸਜਿਦ ਦੇ ਵਿੱਚ ਗਈ ਜਿਹੜੇ ਉਹਦੇ ਗਾਹਕ ਸੀ ਉਹਨਾਂ ਵਿੱਚੋਂ ਕਿਸੇ ਨੇ ਉਹਨੂੰ ਪਛਾਣ ਲਿਆ ਉਹਨੇ ਮੂਰਖ ਇਨਸਾਨ ਨੇ ਰੌਲਾ ਪਾਤਾ ਇਹ ਤਾਂ ਤਵਾਇਫ ਆ ਮਰਦ ਦੇ ਪੇਸ਼ ਤੇ ਤਾਂ ਉਹ ਬੜੀ ਬੀਬੀ ਕਬਰਾਂ ਗਈ ਤੇ ਉਹਨੂੰ ਇਸ ਤਰ੍ਹਾਂ ਜਾਪਿਆ ਵੀ ਹੁਣੇ ਮੈਨੂੰ ਪੱਥਰ ਮਾਰ ਮਾਰ ਕੇ ਜਿਉਂਦੀ ਨੂੰ ਮਾਰਨਗੇ ਜੋ ਇਸਲਾਮ ਦਾ ਕਾਨੂੰਨ ਹੈ ਮਸਜਿਦ ਦੇ ਵਿੱਚ ਤਵਾਇਫ ਦਾ ਕੀ ਗੰਮ ਅਜੇ ਉਹ ਮਾਰਨ ਦੀ ਤਿਆਰੀ ਕਰਨ ਲੱਗੇ ਸੀ ਕਿ ਕੋਈ ਬਜ਼ੁਰਗ ਦਰਵੇਸ਼ ਪਤਾ ਨਹੀਂ ਕਿੱਥੋਂ ਆਇਆ ਸਾਹਮਣੇ ਆਇਆ ਆਣ ਕੇ ਬੜੀ ਜ਼ੁਰਤ ਨਾਲ ਉਹਨੇ ਆਖਿਆ ਵੀ ਠਹਿਰੋ ਕੋਈ ਵੀ ਇਹਨੂੰ ਹੱਥ ਲਾਉਣ ਦਾ ਯਤਨ ਨਾ ਕਰੇ ਉਹਨੇ ਆਖਿਆ ਜੀ ਇਹ ਮਸਜਿਦ ਦੇ ਵਿੱਚ ਮਰਦਾਂ ਵਾਲੇ ਭੇਸ ਚਾਹੀਏ ਕੋਠੇ ਤੇ ਨੱਚਦੀ ਆ ਨਚਾਰ ਆ ਆਪਣਾ ਨਾਚ ਵਿਖਾਉਂਦੀ ਹੈ ਇਸ ਕਰਕੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਹ ਦਰਵੇਸ਼ ਕਹਿਣ ਲੱਗਾ ਕਿ ਤੁਸੀਂ ਮਸਜਿਦ ਵਿੱਚ ਜਾਂਦੇ ਕਿਹੜੇ ਕੰਮ ਕੋ ਕਹਿੰਦੇ ਜੀ ਬੰਦਗੀ ਕਰਨ ਤਾਂ ਕਹਿੰਦੇ ਜੇ ਤੁਸੀਂ ਬੰਦਗੀ ਕਰਨ ਜਾਂਦੇ ਹੋ ਤੇ ਫਿਰ ਤੁਹਾਨੂੰ ਇਹ ਕਿਉਂ ਦੇਖਦਾ ਵੀ ਇਹ ਤਵਾਇਫ ਆ ਉਹ ਫਲਾਨਾ ਵਾ ਇਹ ਆ ਉਹ ਆ ਇਹ ਆ ਵਾ ਜਿਹੜੇ ਤੇ ਬੰਦਗੀ ਕਰਨ ਜਾਂਦੇ ਉਹ ਲੋਕਾਂ ਦੇ ਮੂੰਹ ਵੇਖਣ ਥੋੜੀ ਜਾਂਦੇ। ਜੇ ਤੁਸੀਂ ਵਾਕਿਆ ਹੀ ਪਰਮੇਸ਼ਰ ਦੀ ਬੰਦਗੀ ਕਰਨ ਆਏ ਹੋ ਤਾਂ ਤਵਾਇਫ ਤੇ ਫਿਰ ਤੁਹਾਨੂੰ ਦਿਖਣੀ ਵੀ ਨਹੀਂ ਚਾਹੀਦੀ। ਇਹ ਗੱਲ ਕਹਿ ਕੇ ਉਸ ਦਰਵੇਸ਼ ਨੇ ਉਹਨੂੰ ਬਾਹੋਂ ਫੜ ਕੇ ਆਪਣੇ ਪਿੱਛੇ ਕਰ ਲਿਆ ਜਿਵੇਂ ਪਿਓ ਆਪਣੀ ਲੜਕੀ ਨੂੰ ਲੁਕੋ ਲੈਂਦਾ ਹੈ। ਉੱਥੇ ਉਸ ਦਰਵੇਸ਼ ਨੇ ਬੜੀ ਸ਼ੁਭ ਸਿੱਖਿਆ ਦਿੱਤੀ ਗੁਰਦੁਆਰੇ ਜਾਣ ਵਾਲਿਆ ਸੱਜਣਾ ਸੰਗਤ ਵਿੱਚ ਬਹਿਣ ਆਲਿਆ ਸੱਜਣਾ ਇਹ ਨਾ ਵੇਖਣ ਜਾਇਆ ਕਰ ਵੀ ਉੱਥੇ ਕੌਣ ਆਇਆ ਸੀ ਤੇ ਕੌਣ ਨਹੀਂ ਆਇਆ ਸੀ ਸਿਰਫ ਤੇ ਸਿਰਫ ਪਰਮੇਸ਼ਰ ਦੀ ਭਗਤੀ ਕਰਨ ਜਾ ਬੰਦਗੀ ਕਰਨ ਜਾ ਉਹ ਨਹੀਂ ਦੇਖਦਾ ਵੀ ਇਹ ਤਵਾਇਫ ਆ ਆ ਕਈ ਸੱਜਣਾਂ ਬੜੀ ਨਫ਼ਰਤ ਕਰਦੇ ਇਹ ਜੀ ਸ਼ਰਾਬ ਪੀਂਦਾ ਹਾਂ ਠੀਕ ਆ ਮਰਿਆਦਾ ਵਾ ਤੇ ਮਰਿਆਦਾ ਕਹਿੰਦੀ ਐ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ ਇਹ ਜੀ ਮਾਸ ਖਾਂਦਾ ਤੇ ਮੈਂ ਅੱਗੇ ਇੱਕ ਸਵਾਲ ਕਰਤਾ ਵੀ ਗੱਲ ਨਫ਼ਰਤ ਦੀ ਐ ਨਫ਼ਰਤ ਨਾ ਕਰੋ ਨਹੀਂ ਤੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਕੌਡੇ ਰਾਖਸ਼ ਕੋਲੋਂ ਕੀ ਲੈਣ ਗਏ ਸੀ ਉਹ ਤੇ ਬੰਦਾ ਹੀ ਖਾ ਜਾਂਦਾ ਸੀ ਮਾਰ ਕੇ ਫਿਰ ਫਿਰ ਮਹਾਰਾਜ ਉਹ ਤੋਂ ਕੀ ਲੈਣ ਗਏ ਸੀ ਮਹਾਰਾਜ ਉਹਦਾ ਜੀਵਨ ਬਦਲਨ ਗਏ ਸੀ ਗੁਰਬਾਣੀ ਕਹਿੰਦੀ ਹੈ ਵੀ ਪਰਮਾਤਮਾ ਨਹੀਂ ਦੇਖਦਾ ਵੀ ਉਹ ਕੌਣ ਹੈ ਉਹ ਦੇਖਦਾ ਵੀ ਇਹਦੀ ਭਗਤੀ ਕੀ ਹੈ ਇਹਦੀ ਬੰਦਗੀ ਕੀ ਹੈ ਇਹਦਾ ਪ੍ਰੇਮ ਕੀ ਹੈ ਤੇ ਬੰਦਗੀ ਜਿਹੜੀ ਹੈ ਉਹ ਜੀਵਨ ਬਦਲ ਦਿੰਦੀ ਹੈ ਉਸ ਬੰਦਗੀ ਨੇ ਵੱਡੇ ਵੱਡੇ ਚੋਰ ਸਾਥ ਬਣਾਏ ਨੇ ਉਸ ਬੰਦਗੀ ਨੇ ਵੱਡੇ ਵੱਡੇ ਡਾਕੂ ਭਾਈ ਲੱਖੂ ਸਾਹ ਵਰਗੇ ਬ੍ਰਹਮ ਗਿਆਨੀ ਬੜਾਏ ਉਸ ਬੰਦਗੀ ਨੇ ਵੱਡੀਆਂ ਵੱਡੀਆਂ ਵੇਸਵਾਵਾਂ ਦੇ ਜੀਵਨ ਬਦਲ ਕੇ ਗਨਕਾ ਤੋਂ ਉਹਨਾਂ ਨੂੰ ਸਾਧ ਕੀਤਾ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਪਰਮੇਸ਼ਰ ਹੈ ਇਹ ਸੱਜਣਾ ਤੇਰੀ ਜਾਇਦਾਦਾਂ ਨਹੀਂ ਭੁੱਖਾ ਇਹ ਤੇਰੇ ਪੈਸਿਆਂ ਦਾ ਨਹੀਂ ਭੁੱਖਾ ਇਹ ਤੇਰੀ ਪਹੁੰਚ ਦਾ ਨਹੀਂ ਭੁੱਖਾ ਇਹ ਤੇ ਭੁੱਖਾ ਹੈ ਤੇਰੀ ਬੰਦਗੀ ਦਾ ਵੀ ਉਹ ਤੇਰੇ ਪੱਲੇ ਕਿੰਨੀ ਕ ਆਪ ਪਿੱਛੇ ਜੇ ਕਿਸੇ ਨੇ ਬੜੀ ਸੁੰਦਰ ਕਹਾਣੀ ਲਿਖ ਕੇ ਪਾਈ ਇੱਕ ਬੀਬੀ ਮੰਦਰ ਚ ਨਾ ਲਾਈਨ ਲੱਗੀ ਜਿਵੇਂ ਆਪਣੇ ਹਰਮੰਦਰ ਸਾਹਿਬ ਲੱਗਦੀ ਹੈ ਇੱਕ ਅੰਗਰੇਜ਼ ਬੀਬੀ ਤੇ ਇੱਕ ਧਰਮ ਦਾ ਠੇਕੇਦਾਰ ਆਣ ਕੇ ਕਹਿੰਦਾ ਇਹ ਧਰਮੀ ਨਹੀਂ ਹੁੰਦੇ ਇਹ ਧਰਮ ਦੇ ਠੇਕੇਦਾਰ ਹੁੰਦੇ ਉਹ ਆਣ ਕੇ ਕਹਿੰਦਾ ਵੀ ਲਾਈਨ ਬੜੀ ਲੰਮੀ ਹੈ ਤੇ ਜੇ ਤੂੰ ਮੈਨੂੰ 500 ਇੱਕ ਰੁਪਿਆ ਦਵੇਂ ਤੇ ਮੈਂ ਪਰਚੀ ਕਟਾ ਕੇ ਤੈਨੂੰ ਵੀ ਆਈਪੀ ਪਾਸ ਨਾ ਲੈ ਕੇ ਦਵਾਂ ਸਿੱਧਾ ਭਗਵਾਨ ਦੇ ਦਰਸ਼ਨ ਕਰਾਵਾਂ ਉਹ ਬੀਬੀ ਬੜੀ ਸਿਆਣੀ ਸੀ ਉਹਨੇ ਸੋਚਿਆ ਵੀ ਪਤਾ ਨਹੀਂ ਕਿਦਾਂ ਦਾ ਭਗਵਾਨ ਆ ਜੇ ਭਗਵਾਨ ਪੂਰਾ ਵਾ ਤੇ ਇਹ ਪਤਾ ਨਹੀਂ ਕਿਦਾਂ ਦੇ ਆ ਜਿਹੜੇ ਇਹਦੇ ਮੰਦਰ ਚ ਰਹਿੰਦੇ ਆ ਉਹ ਕਹਿੰਦੀ ਤੂੰ 501 ਰੁਪਈਆ ਕਿਉਂ ਲੈਣਾ ਤੂੰ ਮੇਰੇ ਤੋਂ 5000 ਚੁੱਕ ਤੇ ਭਗਵਾਨ ਨੂੰ ਕਹ ਆਪਣੇ ਭਗਵਾਨ ਨੂੰ ਇੱਥੇ ਹੀ ਲਿਆ ਮੇਰੇ ਕੋਲੇ ਹੀ ਉਹ ਹੱਸ ਪਿਆ ਕਹਿੰਦਾ ਨਹੀਂ ਭਗਵਾਨ ਨਹੀਂ ਇੱਥੇ ਆ ਸਕਦਾ ਉਹ ਕਹਿਣ ਲੱਗੇ ਤੂੰ 5000 ਕਿਉਂ ਲੈਣਾ ਮੈਂ ਤੈਨੂੰ 52000 ਦਿੰਨੀ ਆ ਐ ਕਰ ਭਗਵਾਨ ਨੂੰ ਮੇਰੇ ਹੋਟਲ ਵਾਲੇ ਕਮਰੇ 'ਚ ਹੀ ਲੈ ਆਂ ਉੱਥੇ ਹੀ ਦਰਸ਼ਨ ਕਰਾ ਦੇ ਉਹ ਕਹਿੰਦਾ ਤੂੰ ਭਗਵਾਨ ਨੂੰ ਕੀ ਸਮਝਿਆ ਉਹ ਕਹਿੰਦੇ ਮੈਂ ਤੈਨੂੰ ਪੁੱਛਦੀ ਵੀ ਤੂੰ ਰੱਬ ਨੂੰ ਕੀ ਸਮਝਿਆ ਸਤਿਗੁਰੂ ਕਹਿੰਦੇ ਨੇ ਵੀ 21 ਕੁਲਾਂ ਤਰਦੀਆਂ ਤੇ ਨੇ ਪਰ ਤਰਦੀਆਂ ਉਹ ਨੇ ਜਿਹੜੀਆਂ ਹੁਕਮ ਮੰਨਣ ਮਾਰੇ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਮੈਂ ਵਹਿਮ ਕੱਢਦਾ ਸਾਰਿਆਂ ਦਾ ਵਿੱਚੇ ਮੇਰਾ ਵੀ ਬਾਬੇ ਪ੍ਰਿਥੀ ਚੰਦ ਨਾਲੋਂ ਤਨੀਨਾ ਕੋਈ ਨੇੜੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਸਹਬ ਜਾਦਾ ਈਰਖਾ ਇੰਨੀ ਹੋ ਗਈ ਜਿੰਨੂੰ ਲੋਕ ਸੰਤ ਮੰਨਦੇ ਸੀ ਉਹ ਲੋਭੀ ਨਿਕਲਿਆ ਈਰਖਾ ਜਿੰਨਾ ਭੁਕਿਆ ਕਿ ਚੰਦੂ ਦੇ ਨਾਲ ਯਾਰੀ ਪਾਲੀ ਪੰਜਵੇਂ ਪਾਤਸ਼ਾਹ ਨੂੰ ਮਰਾਉਣ ਵਾਸਤੇ ਸਰਕਾਰ ਦੇ ਨਾਲ ਲੜ ਗਿਆ ਕਿ ਪੰਜਵਾਂ ਪਾਤਸ਼ਾਹ ਕਿਸੇ ਤਰ੍ਹਾਂ ਵੀ ਗੱਦੀ ਤੋਂ ਲਾਉਣਾ ਹੈ ਖਤਮ ਕਰਨਾ ਹੋਇਆ ਕਿ ਚੰਦੂ ਨੇ ਚਿੱਠੀ ਲਿਖੀ ਵੀ ਆਣ ਕੇ ਮੈਨੂੰ ਮਿਲ ਤੇਰੀ ਮੀਟਿੰਗ ਕਰਾਈਏ ਬਾਦਸ਼ਾਹ ਦੇ ਨਾਲ ਆ ਮੀਟਿੰਗ ਕਰਾਉਣ ਵਾਸਤੇ ਜਦੋਂ ਉਹ ਤੁਰਿਆ ਆਪਣੇ ਸੇਵਕਾਂ ਨੂੰ ਲੈ ਕੇ ਬਾਬਾ ਪ੍ਰਿਥੀ ਚੰਦ ਰਸਤੇ ਵਿੱਚ ਤਰਨ ਤਾਰਨ ਸਾਹਿਬ ਆਉਂਦਾ ਹੈ ਕੋਠੇ ਸੋਡੀਆਂ ਤੋਂ ਤੁਰਿਆ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡਾ ਤੀਰਥ ਹੈ ਇਸ਼ਨਾਨ ਕਰੀਏ ਈਰਖਾ ਦੇ ਵਿੱਚ ਕੀ ਬਚਨ ਮੂੰਹੋਂ ਨਿਕਲਿਆ ਸੀ ਕਿ ਇਹ ਤੀਰਥ ਨਹੀਂ ਭਰਾ ਇਹ ਛੱਪੜ ਆ ਅਸਲੀ ਤੀਰਥ ਤੇ ਮੇਰਾ ਵਾ ਕਹਿ ਪ੍ਰਥੀਆ ਕਹਿ ਛੱਪੜ ਨਾ ਏ ਇਹ ਛੱਪੜ ਚ ਨਾ ਕੇ ਕੀ ਕਰੇਗਾ ਚੱਲ ਤੀਰਥ ਹਮ ਤੁਮੈ ਦਿਖਾਏ ਚੱਲ ਤੈਨੂੰ ਮੈਂ ਆਪਣਾ ਤੀਰਥ ਦਿਖਾਉਣਾ ਆਪਣੇ ਤੀਰਥ ਉੱਤੇ ਪਹੁੰਚਿਆ ਜਿੱਥੇ ਇੰਨੇ ਆਪਣਾ ਤੀਰਥ ਬਣਾਇਆ ਸੀ ਹਰਮੰਦਰ ਸਾਹਿਬ ਦੀ ਰੀਸ ਤੇ ਹੋਇਆ ਕੀ ਦੋ ਤਿੰਨ ਦਿਨ ਰਿਹਾ ਤੇ ਅਗਲੇ ਦਿਨ ਲਾਹੌਰ ਨੂੰ ਤੁਰਨਾ ਸੀ ਚੰਦੂ ਨੇ ਮੀਟਿੰਗ ਰੱਖੀ ਸੀ ਕੋਈ ਸੇਵਕ ਰਾਤੀ ਚੌਲ ਤੇ ਦਹੀਂ ਲੈ ਕੇ ਆਇਆ ਤੇ ਈਰਖਾ ਜੀ ਖਾਈ ਗਿਆ ਰਾਤ ਨੂੰ ਢਿੱਡ ਪੀੜ ਹੋਣੀ ਸ਼ੁਰੂ ਹੋ ਗਈ ਐਸੀ ਹੋਈ ਫਿਰ ਹੈ ਤੇ ਚਲੋ ਗੁਰੂ ਦਾ ਲਹੂ ਸੀ ਮਹਿਸੂਸ ਹੋ ਗਿਆ ਵੀ ਮੇਰਾ ਆਖੀਰਲਾ ਟਾਈਮ ਆ ਗਿਆ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਜਿਹੜੀ ਘਟਨਾ ਨਾ ਉਹ ਸਿਰਫ ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਲਿਖੀ ਹੈ। ਬਾਕੀ ਐਵੇਂ ਸੰਖੇਪ ਜਿਹਾ ਜ਼ਿਕਰ ਆਉਂਦਾ ਗ੍ਰੰਥਾਂ 'ਚ। ਮੌਤ ਹੋਣ ਤੋਂ ਬਾਅਦ ਦੇਵਤੇ, ਰਾਮ ਗਣ ਤੇ ਜਮਦੂਤ ਆ ਗਏ। ਜਮਦੂਤ ਕਹਿੰਦੇ ਇਹਨੂੰ ਨਰਕਾਂ 'ਚ ਲੈ ਕੇ ਜਾਣਾ। ਰਾਮ ਗਣ ਕਹਿੰਦੇ ਨਹੀਂ ਗੁਰੂ ਦਾ ਲਊਗਾ ਨਰਕਾਂ 'ਚ ਨਹੀਂ ਜਾ ਸਕਦਾ। ਸਤਗੁਰੂ ਦਾ ਖੂਨ ਆ ਨਰਕਾਂ ਚ ਕਿੱਦਾਂ ਜਾਊਗਾ ਕਹਿੰਦੇ ਫਿਰ ਫੈਸਲਾ ਕੌਣ ਕਰੇ ਕਹਿੰਦੇ ਫਿਰ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦਿਓ ਬਈ ਉਹ ਕਰਨ ਫਿਰ ਕਿਉਂ ਉੱਥੇ ਤੇ ਪੱਖਪਾਤ ਨਹੀਂ ਨਾ ਚੱਲਣਾ ਕੋਈ ਤਾਂ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦਿਓ ਫਿਰ ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਭਾਵੇਂ ਕਿ ਬਾਬਾ ਮਹਾਦੇਵ ਨੇ ਆਖਿਆ ਵੀ ਮਹਾਰਾਜ ਤਰਸ ਕਰੋ ਪ੍ਰਿਥਵੀ ਚੰਦ ਨੂੰ ਸੱਚਖੰਡ ਚ ਲੰਗਾ ਲਿਏ ਵੱਡਾ ਭਰਾ ਸੀ ਤਾਂ ਮਹਾਰਾਜ ਕਹਿਣ ਲੱਗੇ ਨਹੀਂ ਤਿੰਨ ਜਨਮ ਮੈਨੂੰ ਸੱਚਖੰਡ ਚ ਨਿਵਾਸ ਨਹੀਂ ਕਿਉਂ ਨਜਾਇਜ਼ ਈਰਖਾ ਕਰਦਾ ਰਿਹਾ ਫਜ਼ੂਲ ਈਰਖਾ ਕਰਦਾ ਰਿਹਾ ਬਿਨਾਂ ਮਤਲਬ ਤੋਂ ਕਰਦਾ ਰਿਹਾ ਜਿਹਦਾ ਕੋਈ ਮਤਲਬ ਬਣਦਾ ਹੀ ਨਹੀਂ ਸੀ ਮੈਂ ਇਹ ਜਦੋਂ ਕਥਾ ਪੜ੍ਹੀ ਤੇ ਮੈਂ ਸੋਚੀ ਪੈ ਗਿਆ ਕਿ ਜੇ ਉੱਥੇ ਪ੍ਰਿਥੀ ਚੰਦ ਨੂੰ ਥਾਂ ਨਹੀਂ ਤੇ ਥਾਂ ਤੈਨੂੰ ਮਿਲੂਗੀ ਜਾਂ ਮੈਨੂੰ ਮਿਲੂਗੀ ਉੱਥੇ ਤੇ ਥਾਂ ਉਹਨੂੰ ਮਿਲੂਗੀ ਜਿਨੇ ਅੰਮ੍ਰਿਤ ਛੱਕ ਕੇ ਬਾਣੀ ਪੜ੍ਹੀ ਹੋਊਗੀ ਜਿਨੇ ਅੰਮ੍ਰਿਤ ਛੱਕ ਕੇ ਭਗਤੀ ਕੀਤੀ ਹੋਊਗੀ ਗੁਰੂ ਸਾਹਿਬ ਦਾ ਬਚਨ ਮੰਨਿਆ ਹੋਊਗਾ ਉੱਥੇ ਤੇ ਸਿਰਫ ਤੇ ਸਿਰਫ ਉਹਨੂੰ ਥਾਂ ਮਿਲੇ। ਬਾਕੀ ਪੰਜਵੇਂ ਪਾਤਸ਼ਾਹ ਬੜਾ ਕਮਾਲ ਦਾ ਸ਼ਬਦ ਉਚਾਰਨ ਕਰਦੇ ਨੇ। ਉਹ ਕਹਿੰਦੇ ਨੇ ਵੀ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹ ਹਰ ਹਰ ਜਿਉ ਪਰਿਆ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾ ਕਾ ਰਿਜਕ ਆਗੇ ਕਰਤਰਿਆ। ਦੇਣ ਵਾਲਾ ਕੌਣ ਆ ਵਾਹਿਗੁਰੂ? ਆ ਜਿਹੜੀ ਘਟਨਾ ਹੋਈ ਨਾ ਪੱਟੀ ਚ ਗੁਰਦੁਆਰੇ ਦੀ ਇਹ ਬਹੁਤ ਮਾੜੀ ਹੋਈ ਹੈ ਤੇ ਜੇ ਸੰਤਾਂ ਦੇ ਘਰ ਹੀ ਇਹ ਹੋਣ ਲੱਗ ਪਈ ਤੇ ਦੂਜਿਆਂ ਦੇ ਫੈਸਲੇ ਕੀ ਕਰਾਉਣੇ ਆ ਹੋਣਾ ਕੀ ਚਾਹੀਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰਨਾਮੇ ਕੇ ਹੋ ਹੋ ਜੋਰੀ ਗੁਰਮਖ ਬੈਸੋ ਇਹ ਲਿਖਿਆ ਕਿ ਨਹੀਂ ਗੁਰੂ ਗ੍ਰੰਥ ਸਾਹਿਬ ਚ ਜੇ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਪੜਨ ਵਾਲੇ ਅਸੀਂ ਦੂਜਿਆਂ ਨੂੰ ਕੀ ਮਤ ਦੇਵਾਂਗੇ ਭਾਵੇਂ ਕਿਸੇ ਨੂੰ ਕੌੜੀ ਲੱਗੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਨਹੀਂ ਲਿਆਜ ਕੀਤਾ ਕਿਸੇ ਦਾ ਸਤਿਗੁਰੂ ਨੇ ਰੋਟੀ ਆਪਦੇ ਹੱਥ ਰੱਖੀ ਆ ਦਸਵੇਂ ਪਾਤਸ਼ਾਹ ਕਹਿੰਦੇ ਕਿ ਰੋਜ਼ੀ ਦੇਹੰਦ ਹੈ ਤੇ ਇੱਕ ਗੱਲ ਨਾਲ ਹੋਰ ਵੀ ਕਹਿੰਦੇ ਹਰੀ ਫੁੱਲ ਸ਼ਕਿੰਨ ਹੈ ਹਰੀਫ ਕਹਿੰਦੇ ਜਿਹੜਾ ਨੂੰ ਹੰਕਾਰ ਹੁੰਦਾ ਉਹਨੂੰ ਕਹਿੰਦੇ ਹਰੀਫ ਅਰਥ ਤੇ ਹੋਰ ਵੀ ਬੜੇ ਜਿਹੜੇ ਬੰਦੇ ਨੂੰ ਹੰਕਾਰ ਹੋਵੇ ਰੱਬ ਉਹਨੂੰ ਭਾਂਦਾ ਵਾ ਆਪਾਂ ਪੜਦੇ ਨਾ ਰੋਜ ਰੈ ਰਾਜ ਸਾਹਿਬ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਗਲੀ ਤੁਕ ਪੜ ਲਿਓ ਜੇ ਨਹੀਂ ਕਿਸੇ ਨੂੰ ਯਾਤ ਅਹੰਕਾਰੀਆਂ ਨਿਤਕਾਂ ਪੇਠ ਦੇ ਨਾਮ ਦਿਓ ਮੁਖ ਲਾਇ ਹਰ ਜਿਓ ਹੰਕਾਰ ਨਾ ਭਾ ਬਈ ਵੇਦ ਕੂਕ ਸੜਾਵੇ ਰੋਟੀ ਕਿਹਦੇ ਹੱਥ ਆ ਰੱਬ ਦੇ ਹੱਥ ਉਹਨੂੰ ਕੋਈ ਨਹੀਂ ਖੋ ਸਕਦਾ ਜਿਨ੍ਹਾਂ ਚਿਰ ਕਿਸੇ ਦੀ ਪਰਾਲ ਲੱਭਦੇ ਬ੍ਰਹਮ ਗਿਆਨੀ ਭਾਈ ਸਹਿਜ RAM ਨੇ ਕਥਾ ਚ ਸੁਣ ਲਿਆ ਕੀ ਸੁਣਿਆ ਕਿ ਰੱਬ ਰੋਟੀ ਦਿੰਦਾ ਵਾ ਤੇ ਜਿੰਨਾ ਚਿਰ ਤੇਰੀ ਉਮਰ ਲਿਖੀ ਆ ਜੇ ਤੂੰ ਨਾ ਖਾਵੇਂ ਨਾ ਖਰਾਬ ਕਰੇ ਤੇ ਕਈ ਵਾਰੀ ਦੰਦ ਭੰਨ ਕੇ ਵੀ ਖਵਾਉਂਦਾ ਹੁੰਦਾ ਖਾਂਦਾ ਕਿਉਂ ਨਹੀਂ ਇਹ ਵੀ ਨਾਲ ਉਹਨਾਂ ਸੁਣਿਆ ਤਾਂ ਭਾਈ ਸਹਿਜ RAM ਦੇ ਮਨ ਚ ਆਇਆ ਵੀਏ ਤੁਕਾਂ ਤੇ ਬੜੀ ਮਰੀ ਸੁਣੀਆਂ ਵਾ ਬੇ ਪਖਾਨ ਕੀਟ ਗੁਪਤ ਹੋਇ ਰਹਿਤਾ ਤਾ ਚੋ ਮਾਰਗ ਨਾ ਆਈ ਕਹੇ ਧੰਨਾ ਪੂਰਨ ਤਾ ਕੋ ਮਤ ਰੇ ਜੀ ਡਰਾਹੀ ਵੀ ਪਰਖ ਹੀ ਕਰ ਲੋ ਬਈ ਅਜਮਾਇਸ਼ ਕਰ ਲੋ ਜੰਗਲ ਚ ਚਲੇ ਗਏ ਅਜਮਾਇਸ਼ ਕੀ ਕਰਨੀ ਵੀ ਰੱਬ ਰੋਟੀ ਪਚਾਉਂਦਾ ਨਾ ਖਾਦੀ ਤੇ ਦੰਦ ਭੰਨ ਕੇ ਖਵਾਉਂਦਾ ਇਹ ਖਾ ਇਹ ਦੋ ਜੰਗਲ ਚਲੇ ਗਏ ਜਿੱਥੇ ਚਾਰ ਕੋਹ ਤੱਕ ਕੋਈ ਬੰਦਾ ਨਹੀਂ ਇਹੋ ਜੀ ਥਾਂ ਤੇ ਬੈਠੇ ਚੌਂਕੜਾ ਮਾਰ ਕੇ ਅੱਜ ਮਾਇਸ਼ ਵੀ ਗੁਰਬਾਣੀ ਚ ਸੱਚ ਲਿਖਿਆ ਜਦੋਂ ਪ੍ਰਸ਼ਾਦੇ ਦਾ ਟਾਈਮ ਹੋਇਆ ਰੱਬ ਕਿੱਡਾ ਬੇਅੰਤ ਸੀ ਊਠਾਂ ਦਾ ਕਾਫਲਾ ਰਾਹ ਪਲਾ ਕੇ ਉੱਥੇ ਲਿਆਇਆ ਸਰਦਾਰ ਨੇ ਆਖਿਆ ਮਾਲਕ ਨੇ ਆਖਿਆ ਊਠਾਂ ਨੂੰ ਸਾਧਵਾਓ ਪਾਣੀ ਡਾਓ ਸਾਰੇ ਰੋਟੀ ਖਾਣ ਲੱਗ ਪਏ ਮਾਲਕ ਨੇ ਨਾ ਖਾਧੀ ਨੌਕਰਾਂ ਆਖਿਆ ਮਹਾਰਾਜ ਤੁਸੀਂ ਨਹੀਂ ਖਾਂਦੇ ਕਹਿੰਦਾ ਮੇਰਾ ਨਿਜਮ ਆ ਜਿੰਨਾ ਚਿਰ ਕੋਈ ਸਾਧੂ ਨਾ ਖਾਵੇ ਮੈਂ ਨਹੀਂ ਖਾਂਦਾ ਤੇ ਇੱਕ ਦਿਨ ਬਦਲੇ ਹੁਣ ਮੈਂ ਆਪਣਾ ਨਿਜਮ ਥੋੜੀ ਤੋੜ ਦੇਣਾ ਇੱਕ ਦਿਨ ਤੇ ਭੁੱਖ ਘਾਟ ਹੀ ਲਊਗਾ ਨਾ ਮੈਂ ਅਗਲਾ ਦਿਨ ਹੋਇਆ ਨੌਕਰਾਂ ਦੇ ਮਨ 'ਚ ਐਸੇ ਵਿਚਾਰ ਪੈਦਾ ਹੋਏ ਵੀ ਕੀ ਫਾਇਦਾ ਸਾਡਾ ਨਾਮ ਰਹਿਣ ਦਾ ਜੇ ਮਾਲਕ ਭੁੱਖਾ ਹੋਵੇ ਤੇ ਅਸੀਂ ਰੱਜ ਕੇ ਰੋਟੀਆਂ ਖਾ ਕੇ ਸੌਈਏ ਉਹਨਾਂ ਯਤਨ ਕੀਤਾ ਪਰਮੇਸ਼ਰ ਨੇ ਪ੍ਰੇਰਣਾ ਦਿੱਤੀ ਵੀ ਜਾਓ ਜੰਗਲ 'ਚੋਂ ਕੋਈ ਸਾਧ ਲੱਭੋ ਇਥੇ ਸਾਥ ਤੇ ਹੋਊਗਾ ਨਾ ਜੇ ਹੋਰ ਕੋਈ ਨਾ ਹੋਊਗਾ ਤਾਂ ਦੂਰ ਝਾੜੀਆਂ ਚ ਬੰਦੇ ਦਾ ਪਰਛਾਵਾਂ ਪਿਆ ਕੱਪੜੇ ਦਿਖੇ ਜਦੋਂ ਭਾਈ ਸਹਿਜ RAM ਨੇ ਵੇਖਿਆ ਵੀ ਆਗੇ ਆ ਖਵਾਉਣ ਵਾਲੇ ਉਹ ਜਾਣ ਕੇ ਲੰਮੇ ਪੈ ਗਏ ਦੰਦ ਉਹਨਾਂ ਨੇ ਘੋਟਲੇ ਵੀ ਜਿੱਦਾਂ ਦੰਦਲ ਪੈ ਗਈ ਹੁੰਦੀ ਆ ਬੇਹੋਸ਼ ਹੋ ਗਿਆ ਮਾਲਕ ਨੂੰ ਦੱਸਿਆ ਵੀ ਬੰਦਾ ਤੇ ਲੱਭ ਪਿਆ ਸਾਧੂ ਆ ਪਰ ਭੁੱਖ ਪਿਆਸ ਕਰਕੇ ਜਾਵਦਾ ਬੇਹੋਸ਼ ਹੋ ਗਿਆ ਤਾ ਮਾਲਕ ਕਹਿੰਦਾ ਜੇ ਸਵਾਸ ਵੇਖੋ ਚਲਦੇ ਕਹਿੰਦੇ ਜੀ ਚਲਦੇ ਨਬਜ ਵੇਖੋ ਚਲਦੀ ਕਹਿੰਦੇ ਕਹਿੰਦਾ ਫਿਰ ਧਰਮ ਦਾ ਕੰਮ ਕਰੋ ਐਂ ਕਰੋ ਸਰਿਆ ਫੜੋ ਉਤਲੇ ਦੋ ਦੰਦ ਭੰਨੋ ਤੇ ਮਿੱਠਾ ਸ਼ਰਬਤ ਪਾਓ ਤਾਂ ਭਾਈ ਸਹਿਜ RAM ਜੀ ਕਹਿਣ ਲੱਗੇ ਮਨਾ ਕਿਉਂ ਦੰਦ ਪਨਾ ਕੇ ਖਾਨਾ ساری ਉਮਰ ਬੋੜਾ ਕਹਿਣਗੇ ਇਹ ਸਿੱਧਾ ਹੋ ਕੇ ਉੱਠ ਕੇ ਖਾ ਰੱਬ ਨੇ ਆਪਣਾ ਵਚਨ ਪੂਰਾ ਕੀਤਾ ਜ ਤੂੰ ਰੱਬ ਨੂੰ ਪਰਖਿਆ ਰੱਬ ਨੇ ਇੱਥੇ ਭੇਜਤੇ ਤਾਂ ਉਹ ਸਿੱਧਾ ਹੋ ਕੇ ਭਾਈ ਸਹਿਜ RAM ਜੀ ਬ੍ਰਹਮ ਗਿਆਨੀ ਮਹਾਪੁਰਸ਼ ਕਨਈਆ ਭਾਈ ਕਨਈਆ ਸਾਹਿਬ ਦੀ ਸੰਪਰਦਾ ਸੇਵਾ ਪੰਥੀ ਉੱਠ ਕੇ ਬਹਿ ਗਏ ਮਾਲਕ ਨੇ ਸ਼ਰਬਤ ਪਿਆਇਆ ਜਦੋਂ ਉਹ ਆਪਣੇ ਪਾਸ ਲੈ ਕੇ ਆਏ ਤੇ ਬੜੇ ਪ੍ਰੇਮ ਨਾਲ ਮਾਲਕ ਨੇ ਪਛਾਣ ਲਿਆ ਇਹ ਤਾਂ ਮਹਾਤਮਾ ਸਹਿਜ RAM ਪ੍ਰਸ਼ਾਦਾ ਛਕਾਇਆ ਤਾਂ ਆਖਿਆ ਮਹਾਰਾਜ ਤੁਸੀਂ ਇੱਥੇ ਕੀ ਕਰਦੇ ਕਹਿੰਦਾ ਕੀ ਦੱਸਾਂ ਤੈਨੂੰ ਕੀ ਕਰਦੇ ਇੰਨਾ ਸ਼ੁਕਰ ਵੀ ਤੇਰੇ ਬੰਦਿਆਂ ਸਰਗਰੀ ਇਮਾਰਤਾਂ ਦੰਦਾ ਜੀ ਉਹਨਾਂ ਦੱਸਿਆ ਵੀ ਮੈਂ ਪਰਖ ਕਰਦਾ ਪਿਆ ਸੀ ਵੀ ਪੰਜਵੇਂ ਪਾਤਸ਼ਾਹ ਨੇ ਲਿਖਿਆ ਕਿਉਂ ਚਿੰਤਾ ਕਰ ਜਦੋਂ ਚਿੰਤਾ ਹੋ ਉਸ ਪਰਮੇਸ਼ਰ ਦੂ ਹੈ ਵਾਹਿਗੁਰੂ ਨੂੰ ਹੈ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਜੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਜਿਨ੍ਹਾਂ ਦਾ ਬਿਲਕੁਲ ਸੁਭਾਅ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਵਰਗੀ ਨਿਮਰਤਾ ਪ੍ਰੇਮ ਸਹਿਜ ਠੰਡ ਜੇ ਕੋਈ ਕਿਸੇ ਤਰ੍ਹਾਂ ਦਾ ਕਾਹਲ ਪੁਣਾ ਨਹੀਂ ਇਹ ਮੈਂ ਨਹੀਂ ਕਹਿੰਦਾ ਇਹ ਸਾਰੇ ਕਹਿੰਦੇ ਨੇ ਜਿਹੜੇ ਵੀ ਇਹਨਾਂ ਨੂੰ ਮਿਲਦੇ ਨੇ ਸੋ ਮਹਾਂਪੁਰਸ਼ਾਂ ਦਾ ਵੀ ਬਹੁਤ ਬਹੁਤ ਧੰਨਵਾਦ ਦਾਸ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਹਾਜ਼ਰੀ ਲਵਾਉਂਦਾ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ ਸਟੇਜ ਤੇ ਸੁਸ਼ੋਭਤ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਆਨੰਦ ਸਿੰਘ ਜੀ ਮੁੰਡੇਪਿੰਡ ਵਾਲੇ ਸੰਤ ਬਾਬਾ ਗੁਰਦੇਵ ਸਿੰਘ ਜੀ ਠੱਠੇ ਵਾਲੇ ਸੰਤ ਬਾਬਾ ਸੋਹਣ ਸਿੰਘ ਜੀ ਹਰਨੀ ਵਾਲੇ ਮਹਾਂਪੁਰਸ਼ ਸੰਤ ਬਾਬਾ ਗੁਲਾਬ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਰ ਵੀ ਬੇਅੰਤ ਮਹਾਂਪੁਰਸ਼ ਹਾਜ਼ਰੀਆਂ ਭਰ ਰਹੇ ਨੇ ਜਿੱਥੇ ਮਹਾਂਪੁਰਸ਼ਾਂ ਦਾ ਧੰਨਵਾਦ ਉਥੇ ਸਤਕਾਰਯੋਗ ਮਾਤਾ ਜੀ ਦਾ ਵੀ ਵਿਸ਼ੇਸ਼ ਕਰਕੇ ਮਾਤਾ ਦਇਆ ਕੌਰ ਜੀ ਦਾ ਧੰਨਵਾਦ ਜਿਹੜੇ ਕਿਰਪਾ ਕਰਦੇ ਨੇ ਨਾਲ ਹੀ ਸਾਡੇ ਸਤਕਾਰਯੋਗ ਭਾਜੀ ਸਰਦਾਰ ਅੰਗਰੇਜ਼ ਸਿੰਘ ਜੀ ਡੀਟੀਓ ਸਾਹਿਬ ਤਿੰਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ